ਮੋਰਚੇ ਭਰ ਦੀ ਸੋ ਆ ਮੋਰਚੇ ਸੰਬੰਧ ਜੋ ਚੱਲ ਰਿਹਾ ਇਹ 17 ਜੁਲਾਈ 1982 ਨੂੰ ਸੋ ਜੋ ਜੀਪ ਫੜੀ ਸੀਗੀ ਪੁਲਿਸ ਵਾਲਿਆਂ ਨੇ ਉਹਦੇ ਵਿਚ 3 ਸਿੰਘ ਆਪਣੇ ਜਥੇ ਸਨ ਮਹਿਤੇ ਨੂੰ ਜਾ ਰਹੇ ਸੀ ਉਹ ਜੀਪ ਛੁਡਾਉਣ ਵਾਸਤੇ ਭਾਈ ਅਮਰੀਕ ਸਿੰਘ ਤੇ ਬਾਬਾ ਥਾਰਾ ਸਿੰਘ ਜੀ ਸੋ ਇਹ ਗਏ ਸੀ ਤੇ ਪੁਲਿਸ ਵਾਲਿਆਂ ਨੇ ਫੜ ਕੇ 19 ਜੁਲਾਈ ਨੂੰ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਦਾਸ ਨੇ ਉਸ ਦਿਨ ਇੱਥੇ ਪਹੁੰਚ ਕੇ 6ਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਦਾ ਆਸਰਾ ਲੈ ਕੇ ਅਰਦਾਸ ਕੀਤੀ ਸੀ ਕਿ ਸੱਚੇ ਪਾਤਸ਼ਾਹ ਜੇ ਤਾਂ ਪੰਥ ਕੌਮ ਤੇ ਧਰਮ ਵਾਸਤੇ ਮੈਂ ਮੋਰਚਾ ਲਾ ਰਿਹਾ ਫਿਰ ਤਾਂ ਮੈਨੂੰ ਸਫਲਤਾ ਬਖਸ਼ੋ ਤੇ ਜੇ ਮੈਂ ਆਪਣੀ ਨਿੱਜੀ ਸ਼ੋਹਰਤ ਵਾਸਤੇ ਲਾ ਰਿਹਾ ਤਾਂ ਫਿਰ ਅਸਫਲਤਾ ਬਖਸ਼ੋ ਇਹਦਾ ਫੈਸਲਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੁਹਾਡੇ ਆਪਣੇ ਹੱਥ ਵਿਚ ਹੈ ਤੇ ਇਹ 2.5 ਘੰਟਿਆਂ ਵਿਚ ਕੇਵਲ ਮੋਰਚਾ ਲੱਗਾ 2:30 ਵਜੇ ਮੈਂ ਇੱਥੇ ਪਹੁੰਚਿਆ ਤੇ 5 ਵਜੇ ਪਹਿਲਾਂ ਜਥਾ ਭੇਜ ਦਿੱਤਾ ਸੀ ਇਹ 19 ਜੁਲਾਈ ਤੇ 1982 ਵਾਲੇ ਦਿਨ ਇਹ ਮੋਰਚਾ ਆਰੰਭ ਹੋਇਆ ਸੀ ਭਾਵੇਂ ਭਰਾਵਾਂ ਦਾ ਕਥਨ ਇਹ ਕਿ 4 ਅਗਸਤ ਨੂੰ ਅਸਲੀਅਤ ਇਹ ਹੈ ਹੋਇਆ ਸੀ ਕੇਵਲ ਧੱਕੇਸ਼ਾਹੀ ਤੋਂ ਗੌਰਮੈਂਟ ਇਹਨਾਂ ਨੂੰ ਮਾਰਨਾ ਚਾਹੁੰਦੀ ਸੀ ਉਸ ਵੇਲੇ ਮੰਗ ਸੀ ਕਿ ਹਰਿਮੰਦਰ ਸਾਹਿਬ ਦੀ ਨੂੰ ਸ਼ਹਿਰ ਨੂੰ ਪਵਿੱਤਰ ਦਰਜਾ ਕਰਾਰ ਦਵਾਉਣਾ ਤੇ ਸਿੰਘਾਂ ਦੀ ਰਿਹਾਈ ਤੇ ਝੂਠੇ ਕੇਸ ਵਾਪਸ 4 ਅਗਸਤ ਵਾਲੇ ਦਿਨ ਸਾਰੇ ਇਕੱਠੇ ਹੋ ਕੇ ਅੱਗੇ ਚੱਲੇ ਹੈ ਤੇ ਉਹਦੇ ਵਿਚ ਜੋ ਅਨੰਦਪੁਰ ਦਾ ਰੈਗੂਲੇਸ਼ਨ ਹੈ ਇਹ ਪੂਰਾ ਮਨਾਉਣਾ ਸਿੱਖ ਵੱਖਰੀ ਕੌਮ ਤੇ ਸਿੱਖਾਂ ਦਾ ਪਰਸਨਲ ਵੱਖਰਾ ਇਹ ਮਨਾਉਣਾ ਤੇ ਇਹਦੇ ਵਿਚ ਮੈਂ ਬੇਨਤੀ ਕਰਦਾ ਸੰਗਤ ਨੂੰ ਜੋ ਜ਼ਿੰਮੇਵਾਰ ਸੱਜਣ ਅਕਾਲੀ ਦਲ ਵੱਲੋਂ ਉਹਨਾਂ ਬਾਰੇ ਮੈਂ ਕੁਝ ਬਹੁਤਾ ਨਹੀਂ ਕਹਿਣਾ ਗਾ ਉਹ ਤੁਸੀਂ ਜਾਣੋ ਤੇ ਤੁਹਾਡਾ ਕੰਮ ਹੈ ਤੇ ਉਹ ਜਾਣਨ ਹਾਂ ਇੱਕ ਭਰੋਸੇ ਨਾਲ ਗੱਲ ਜ਼ਰੂਰ ਕਹਿ ਦਿੰਦਾ ਐਰਕ ਜਾਂ ਟਾਂਡਿਆਂ ਵਾਲੀ ਰਹੂਗੀ ਜਾਂ ਭਾਂਡਿਆਂ ਵਾਲੀ ਐਰਕ ਮੂੰਹ ਨੂੰ ਜੂਸ ਲੱਗ ਕੇ ਤੇ ਜਕਾਰ ਨਹੀਂ ਛੱਡਿਆ ਜਾਣਾ ਜਾਂ ਤਾਂ ਅਨੰਦਪੁਰ ਦਾ ਮਤਾ ਪੂਰਾ ਮਿਲੂ ਕਿ ਜਾਂ ਸੀਸ ਲੱਗਣਗੇ ਸੋ ਦਾਸ ਚੁੱਪ ਇਸ ਵਾਸਤੇ ਹੈ ਕਿ ਪ੍ਰੋਗਰਾਮ ਸਾਂਝਾ ਚੱਲ ਰਿਹਾ ਮੇਰੇ ਵੱਲੋਂ ਕੋਈ ਨੁਕਤਾਚੀਨੀ ਕਰਨੀ ਜਾਂ ਖ਼ਬਰਾਂ ਦੇਣੀਆਂ ਉਹ ਮੈਂ ਮੁਨਾਸਬ ਨਹੀਂ ਸਮਝਦਾ ਤੇ ਕੁਝ ਅਖ਼ਬਾਰਾਂ ਵਾਲੇ ਵੀ ਪਾਬੰਦੀ ਲਾਈ ਬੈਠੇ ਜੇ ਕੋਈ ਖ਼ਬਰ ਦੇਵਾਂ ਤੇ ਉਹ ਕਰੜੀ ਖ਼ਬਰ ਛਾਪਦੇ ਨੇ ਇਸ ਵਾਸਤੇ ਸਿੱਖ ਡਾਵਾਂ ਡੋਲ ਨਾ ਹੋਇਓ ਕਿ ਪਿਛਲੇ ਮੋਰਚਿਆਂ ਦੀ ਤਰ੍ਹਾਂ ਕਿਤੇ ਜੂਸ ਲਾ ਕੇ ਉੱਥੇ ਪਹੁੰਚ ਕੇ ਗੱਲਬਾਤ ਕਰਕੇ ਤੇ ਕਿਤੇ ਨਿਗਰੀ ਨਾ ਜਾਣ ਜੇ ਨਿਗਰਨਗੇ ਤੇ ਦਾਸ ਬੈਠਾ ਮੈਂ ਆਪਣੇ ਸਿਰ ਧਰ ਦੀ ਬਾਜੀ ਜ਼ਰੂਰ ਲਾਵਾਂਗਾ ਪਰ ਅਨੰਦਪੁਰ ਦੇ ਰੈਗੂਲੇਸ਼ਨ ਤੋਂ ਘੱਟ ਇੱਕ ਰੱਤੀ ਮਾਤਰ ਵੀ ਨਾ ਮੰਨਾਂਗਾ ਤੇ ਨਾ ਮੰਨਣ ਨੂੰ ਤਿਆਰ ਹੈ ਇਹ ਸੰਗਤ ਯਕੀਨ ਪੂਰਾ ਪੂਰਾ ਰੱਖਿਓ ਹੁਣ ਠੀਕ ਹੈ 3-4 ਮੀਟਿੰਗਾਂ ਹੋ ਗਈਆਂ ਤੇ ਇਹਨਾਂ ਨੇ ਮੇਰੀ ਲੋੜ ਨਹੀਂ ਸਮਝੀ ਨਾ ਮੀਟਿੰਗ ਸੱਦਿਆ ਤੇ ਨਾ ਮੈਂ ਗਿਆ ਬਾਕੀ ਤੁਸੀਂ ਇਹ ਖ਼ਬਰਾਂ ਪੜ੍ਹੀਆਂ ਸੀ ਕਿ ਭਿੰਡਰਾਂ ਵਾਲੇ ਨੇ ਕੁਝ ਸੁਝਾਅ ਦਿੱਤਾ ਕਿ ਇੱਕ ਫਿਰਕੇ ਦੇ ਲੋਕਾਂ ਨੂੰ ਮਾਰਿਆ ਜਾਵੇ ਇਹ ਸਰਾਸਰ ਗਲਤ ਹੈ ਕੇਵਲ ਬਦਨਾਮ ਕਰਨ ਵਾਸਤੇ ਦਿੱਤਾ ਜਿਹੜੇ ਸੁਝਾਅ ਮੈਂ ਦਿੱਤੇ ਅਖ਼ਬਾਰਾਂ ਵਿੱਚ ਤਾਂ ਨਹੀਂ ਦਿੱਤੇ ਪਰ ਇਹ ਟੇਪ ਹੋ ਰਹੀ ਕਰਕੇ ਤੁਹਾਨੂੰ ਇੱਥੇ ਪਤਾ ਲੱਗ ਜੂ ਉਹਨਾਂ ਸੁਝਾਵਾਂ ਬਾਰੇ ਮੈਂ ਤੁਹਾਨੂੰ ਦੱਸ ਦੇਣਾ ਕੀ ਦਿੱਤੇ ਸੀ ਤੁਸੀਂ ਇਹ ਦੱਸੋ ਵੀ ਗਲਤ ਹੈ ਕਿ ਠੀਕ ਹੈ ਪਹਿਲਾਂ ਤਾਂ ਜਦੋਂ 25-30 ਹਜ਼ਾਰ ਸਿੰਘਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਉਹ ਜੇਲ੍ਹਾਂ ਵਿੱਚੋਂ ਕਢਾਏ ਹੈ ਉਸ ਵੇਲੇ ਦਾਸ ਨੇ ਇਹ ਤੇ ਪ੍ਰੋਟੈਸਟ ਕੀਤਾ ਸੀ ਵੀ ਨਹੀਂ ਨਿਕਲਣੀ ਚਾਹੀਦੀ ਇੱਕ ਹਫ਼ਤਾ ਆਪਾਂ ਨੂੰ ਠਹਿਰ ਜਾਣਾ ਚਾਹੀਦਾ ਪਰ ਇੰਨਾ ਕਹਿਣ ਦੇ ਬਾਵਜੂਦ ਵੀ ਬਿਨਾਂ ਮੈਥੋਂ ਪੁੱਛੇ ਤੋਂ ਉਹ ਜੇਲ੍ਹਾਂ ਵਿੱਚੋਂ ਕਢਾਏ ਗਏ ਇਹ ਤੁਸੀਂ ਸੋਚ ਲਓ ਆਪਾਂ ਲਾਭ ਖੱਟਿਆ ਕਿ ਨੁਕਸਾਨ ਉਠਾਇਆ ਉਦੋਂ ਪਿੱਛੋਂ ਫਿਰ ਮੀਟਿੰਗ ਹੋਈ ਉਹਦੇ ਵਿੱਚ ਮੈਨੂੰ ਪੁੱਛਿਆ ਗਿਆ ਕਿ ਅਸੀਂ 5 ਮੈਂਬਰੀ ਕਮੇਟੀ ਬਣਾਉਣਾ ਚਾਹੁੰਦੇ ਹਾਂ ਦਿੱਲੀ ਗੱਲਬਾਤ ਕਰਨ ਨੂੰ ਤੇ ਤੂੰ ਦੱਸ ਮੈਂ ਉਹਦਾ ਵੀ ਬਾਈਕਾਟ ਕੀਤਾ ਸੀ ਕਿ 5 ਮੈਂਬਰੀ ਕਮੇਟੀ ਦੀ ਕੋਈ ਲੋੜ ਨਹੀਂ ਦਿੱਲੀ ਵਾਲੇ ਇੱਥੇ ਆਉਣ ਜੇ ਇੰਦਰਾ ਗਾਂਧੀ ਪਹਾੜੀਆਂ ਲੰਘ ਕੇ ਕਸ਼ਮੀਰ ਸ਼ੇਖ ਅਬਦੁੱਲੇ ਕੋਲ ਜਾ ਸਕਦੀ ਹੈ ਸਲਾਹ ਕਰਨ ਨੂੰ ਤੇ ਕੀ GT ਰੋਡ ਤੇ ਅੰਮ੍ਰਿਤਸਰ ਪਹੁੰਚਣ ਨੂੰ ਬਹੁਤ ਮੁਸ਼ਕਲ ਹੈ ਇਸ ਵਾਸਤੇ ਇੱਥੇ ਆ ਕੇ ਗੱਲ ਕਰੇ ਕੋਈ ਲੋੜ ਨਹੀਂ ਉਹ ਵੀ ਇਹਨਾਂ ਭਰਾਵਾਂ ਨੇ ਵੀਰ ਕੇ ਬਣਾਈ
ਫਿਰ ਇਹਨਾਂ ਰਾਏ ਮੰਗੀ ਕਿ 5 ਮੈਂਬਰੀ ਕਮੇਟੀ ਨੂੰ ਦਿੱਲੀ ਭੇਜ ਗਏ ਇੱਕ ਨਾ, ਉਹਦਾ ਵੀ ਦਾਸ ਨੇ ਬਾਈਕਾਟ ਕੀਤਾ ਵੀ ਨਹੀਂ ਭੇਜਣੀ ਚਾਹੀਦੀ ਇੱਥੇ ਆਉਣ। ਉਹ ਫਿਰ ਉੱਥੇ ਜਾਂਦੇ ਰਹੇ, ਉਹਦਾ ਛਿੱਟਾ ਹੁਣ ਸੰਗਤ ਦੇ ਤੁਹਾਡੇ ਸਾਹਮਣੇ ਹੈ। ਇਦੋਂ ਬਾਅਦ ਮੈਂ ਕੁਝ ਬਹੁਤਾ ਨਹੀਂ ਕਹਿੰਦਾ ਗਾ, ਇਹ ਟੂਕ ਮਾਤਰ ਦੱਸਿਆ। ਫਿਰ ਜਿਸ ਵੇਲੇ ਇਹ ਸ਼ਾਹੀ ਗੇਮਾਂ ਹੋਈਆਂ, ਉਸ ਵੇਲੇ ਮੀਟਿੰਗ ਵਿੱਚ ਮੈਨੂੰ ਸੱਦਿਆ ਗਿਆ। ਉਸ ਵੇਲੇ ਸੁਝਾਅ ਲਿਆ ਸੀ, ਦਾਸ ਨੇ ਸੁਝਾਅ ਦਿੱਤਾ ਸੀ। ਪਹਿਲਾਂ ਨੇ ਪੁੱਛਿਆ, ਮੈਂ ਪੁੱਛਿਆ ਸੀ ਕਿ ਦੱਸੋ ਗਰਮ ਕੰਮ ਕਰਨਾ ਕਿ ਸ਼ਾਂਤਮਈ ਰੱਖਣਾ। ਕਹਿੰਦੇ ਜੀ ਸ਼ਾਂਤਮਈ ਚਾਹੀਦਾ। ਮੈਂ ਸ਼ਾਂਤਮਈ ਰੱਖਣਾ ਤੇ ਮੈਂ ਸਾਰੇ ਮਹਾਤਮਾ ਨੂੰ ਇਕੱਠੇ ਕਰਦਾ ਜਿੰਨੇ ਮੇਰੇ ਮਲਾਪੀ ਹੈ, ਤੁਸੀਂ ਸਾਰੇ ਲੀਡਰ ਇਕੱਠੇ ਹੋਵੋ ਤੇ 3-4 ਲੱਖ ਦਾ ਇਕੱਠ ਕਰਕੇ ਦਿੱਲੀ ਨੂੰ ਕੂਚ ਕਰੀਏ। ਇੱਕ ਤਾਂ ਜਿਹੜਾ ਹਿੱਕੜਬਾਜ਼ ਕੀਤੀ ਨੇ ਭਜਨ ਲਾਲ ਨੇ ਕਿ ਕੋਈ ਸਿੱਖ ਦਿੱਲੀ ਨੂੰ ਲੰਘ ਕੇ ਵਿਖਾਵੋ, ਨਾਲੇ ਤੁਹਾਡੇ ਹਿੱਕੜਬਾਜ਼ੀ ਟੁੱਟੂਗੇ ਤੇ 3 ਲੱਖ ਦਾ ਇਕੱਠ ਕਰਕੇ ਪਾਰਲੀਮੈਂਟ ਦਾ ਘੇਰਾ ਪਾ ਕੇ ਬੈਠੇ ਰਹੋ ਤੇ ਨਾਲ ਮੈਂ ਵੀ ਚੱਲਾਂਗਾ, ਸੰਤ ਸਾਰੇ ਮਹਾਤਮਾ ਕਲਸ਼ ਵਾਲੇ ਵੀ ਚੱਲਣਗੇ ਤੇ ਤੁਸੀਂ ਵੀ ਅਕਾਲੀ ਦਲ ਦੇ ਲੀਡਰ ਚੱਲੋ। ਉਹ ਪ੍ਰੋਗਰਾਮ ਸੰਗਤ ਹੁਣ ਸੋਚ ਲਓ ਵੀ ਚੰਗਾ ਸੀ ਕਿ ਮਾੜਾ ਸੀ, ਕਿ ਇੰਨੇ ਇਕੱਠੇ 4 ਲੱਖ ਹੋ ਕੇ ਤੁਰਦੇ ਤੇ ਗੌਰਮੈਂਟ ਦੀ ਜ਼ਰੂਰਤ ਸੀ ਗੋਲੀਆਂ ਚਲਾਉਣ ਦੀ, ਇਹਦਾ ਨਿਰਣਾ ਆਪ ਹੀ ਸੰਗਤ ਕਰ ਲਿਓ। ਫਿਰ ਕਹਿਣ ਲੱਗੇ ਜੀ ਇਹ ਤਾਂ ਮੁਸ਼ਕਿਲ ਹੈ। ਫਿਰ ਰਾਏ ਦਾਸ ਨੇ ਦਿੱਤੀ ਸੀ ਕਿ ਜੋ ਬਿਜਲੀ ਜਾ ਰਹੀ ਹੈ ਇਹਦੇ ਬਾਰੇ ਬੰਦ ਕੀਤਾ ਜਾ ਸਕਦਾ, ਕੋਈ ਢੰਗ ਅਪਣਾਇਆ ਜਾ ਸਕਦਾ, ਇਹਦੇ ਬਾਰੇ ਵੀ ਇਹਨਾਂ ਰਾਏ ਪ੍ਰਵਾਨ ਨਹੀਂ ਕੀਤੀ। ਫਿਰ ਪਾਣੀ ਦਾ ਸੀਗਾ, ਉਹਦਾ ਢੰਗ ਹੋਰ ਸੀ, ਉਹ ਮੈਂ ਦੱਸਣਾ, ਇੱਥੇ ਮੇਰਾ ਅਸਰ ਨਹੀਂ ਸਮਝਦਾ। ਉਹ ਰਾਏ ਦਿੱਤੀ ਸੀ, ਉਹ ਵੀ ਇਹਨਾਂ ਸਵੀਕਾਰ ਨਹੀਂ ਕੀਤੀ। ਫਿਰ ਉਦੋਂ ਪਿੱਛੋਂ ਇੱਕ ਦਿਨ ਵੱਡਾ ਇਕੱਠ ਹੋਇਆ, ਬਹੁਤ ਭਾਰੀ, ਇੱਥੇ ਮੰਜੀ ਸਾਹਿਬ ਤੇ ਦੀਵਾਨ ਹਾਲ ਸਾਹਿਬ ਵਿਖੇ। ਤਾਂ ਉਦੋਂ ਦਾਸ ਨੇ ਕਿਹਾ ਸੀ ਤੁਹਾਨੂੰ ਅੱਜ ਅਸਤੀਫੇ ਦੇਣੇ ਚਾਹੀਦੇ ਹੈ। ਰਾਤ ਨੂੰ ਪਹਿਲਾਂ ਮੀਟਿੰਗ ਹੋਈ ਜਿਹਦੇ ਵਿੱਚ ਡਿਕੇਟਰ ਸਾਹਿਬ, ਦਾਸ, ਟੌੜਾ ਸਾਹਿਬ, ਬਲਵੰਤ ਸਿੰਘ ਖਜ਼ਾਨਾ ਮੰਤਰੀ ਜਿਹੜਾ ਸੀ ਆਪਣੇ ਪਿੱਛੇ, ਤੇ ਸੁਖਜਿੰਦਰ ਸਿੰਘ, ਤੇ ਸਾਡੀ 5 ਦੀ ਮੀਟਿੰਗ ਹੋਈ। ਉਹਦੇ ਵਿੱਚ ਸਵੀਕਾਰ ਕੀਤਾ ਗਿਆ ਤੇ ਰਾਤੇ ਰਾਤ ਹੀ ਫਿਰ ਬਦਲ ਕੇ ਦਿਨ ਚੜੇ ਗੁਰੂ ਨਾਨਕ ਨਿਵਾਸ ਵਿੱਚ ਮੀਟਿੰਗ ਹੋਈ। ਉੱਥੇ ਦਾਸ ਨੂੰ ਬੁਲਾਇਆ, ਕਹਿੰਦੇ ਇਸ ਮੀਟਿੰਗ ਦਾ ਪ੍ਰੋਗਰਾਮ ਬਦਲ ਦਿੱਤਾ। ਮੈਂ ਕੀ ਕੀਤਾ? ਕਹਿੰਦੇ ਅਸੀਂ ਪ੍ਰੋਗਰਾਮ ਕੀਤਾ ਵੀ ਅਸਤੀਫੇ ਅੱਜ ਨਾ ਦੇਈਏ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਘਿਰਾਓ ਕੀਤਾ ਜਾਵੇ। ਦਾਸ ਨੇ ਉਹਦਾ ਬਾਈਕਾਟ ਕੀਤਾ ਤੇ ਪੁੱਛਿਆ ਵੀ ਕਿਸ ਢੰਗ ਨਾਲ। ਕਹਿੰਦੇ ਜ਼ਿਲ੍ਹਿਆਂ ਦੇ ਜਥੇਦਾਰਾਂ ਦੀਆਂ ਡਿਊਟੀਆਂ ਲਾ ਦੇਈਏ ਤੇ ਉਹ ਘਿਰਾਓ ਕਰਨਗੇ। ਦਾਸ ਨੇ ਕਿਹਾ ਸੀ ਉਹ ਮੁੱਖ ਮੰਤਰੀ ਹੈ, 6 ਮਹੀਨੇ ਬੈਠਾ ਚੰਡੀਗੜ੍ਹ, ਆਪਣਾ ਕੰਮ ਚਲਾਈ ਚੱਲੇ ਤੇ ਤੁਹਾਡਾ ਉੱਥੇ ਜਥੇਦਾਰ ਜਗਿੰਦਰ ਸਿੰਘ ਸਾਹਨੀ, ਉਹ 6 ਮਹੀਨੇ ਘੇਰਾ ਪਾ ਕੇ ਬੈਠਾ ਰਹੇਗਾ। ਕਹਿੰਦੇ ਇਹ ਤਾਂ ਮੁਸ਼ਕਿਲ ਹੈ, ਤੇ ਮੈਂ ਫਿਰ ਇਹ ਪ੍ਰੋਗਰਾਮ ਕਿਉਂ ਲਿਖਿਆ? ਕਹਿੰਦੇ ਜੀ ਆਪਾਂ ਪ੍ਰੋਗਰਾਮ ਸੰਗਤ ਨੂੰ ਕੋਈ ਦੇਣਾ, ਚਲੋ ਇੰਨੇ ਤਰੀਕੇ ਦੇ ਨਾਲ ਇਹ ਦਿਨ ਲੰਘ ਜਾਣਗੇ। ਸੋ ਦਾਸ ਇਹ ਬਾਈਕਾਟ ਕਰਕੇ ਬਾਹਰ ਨਿਕਲਿਆ ਸੀ। ਅਖਬਾਰਾਂ ਚ ਖਬਰ ਇਸ ਵਾਸਤੇ ਨੇ ਦਿੱਤੀ ਕਿ ਪੰਥ ਦੇ ਵਿੱਚ ਚੀਜ਼ਾਂ ਜ਼ਾਹਰ ਹੁੰਦੀਆਂ ਸੀ, ਤੇ ਟੇਪ ਵਿੱਚ ਮੈਂ ਅੱਜ ਤਾਂ ਭਰੀ ਹੈ ਕਿ ਇਹਨਾਂ ਨੇ ਪ੍ਰਾਪੇ ਪਿੰਡ ਦਾ ਅੱਡੀ ਚੋਟੀ ਦਾ ਜ਼ੋਰ ਲਾਇਆ ਕਿ ਪਿੰਡਰਾਂ ਵਾਲਾ ਖਰਾਬ ਕਰਦਾ। ਇਹ ਮੈਂ ਸੁਝਾਅ ਦਿੱਤੇ ਸੀ, ਇਹਦੇ ਵਿੱਚ ਹੁਣ ਤੁਸੀਂ ਦੱਸੋ ਵੀ ਕਿਹੜਾ ਸੁਝਾਅ ਮਾੜਾ। ਹੋਰ ਵੀ 2-4 ਸੁਝਾਅ ਹਨ, ਉਹ ਵਿਸਤਾਰ ਪੂਰਵਕ ਤੇ ਲਿਖ ਕੇ ਤੁਹਾਨੂੰ ਭੇਜ ਦਿਆਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰਿਆਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ, ਭਾਈ ਅਮਰੀਕ ਸਿੰਘ ਤੇ ਭਾਈ ਤਾਰਾ ਸਿੰਘ, ਸੰਗਤ ਕਈ ਪੁੱਛਦੇ ਵੀ ਇਹ ਕਿੱਡੇ ਕੁ ਬਦਮਾਸ਼ ਆ, ਆ ਫੋਟੋ ਵਿੱਚ ਅੰਦਾਜ਼ਾ ਲਾ ਲਓ ਵੀ ਕਿਸ ਹੈ। ਅੱਜ ਆਪਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਦੇ ਵਿਚਾਰ ਸੁਣੇ ਹਨ। ਸਾਨੂੰ ਹਾਰਦਿਕ ਪ੍ਰਸੰਨਤਾ ਹੈ ਕਿ ਅਸੀਂ ਹਜ਼ਾਰਾਂ ਮੀਲਾਂ ਤੋਂ ਦੂਰ ਆਣ ਕੇ ਇਹਨਾਂ ਦੇ ਦਰਸ਼ਨ ਕੀਤੇ ਹਨ, ਔਰ ਬਹੁਤ ਸਾਰੀਆਂ ਡੂੰਘਾਈਆਂ ਦਾ ਪਤਾ ਇਸ ਕਰਕੇ